लिया मैं ताला खोलदा तू पर्स फड़। लिया खोल दे क्या वा वेखिया एदा पर्स फड़ी दा फिर खोलदा ताला। दिवाली दियां बहुत बहुत मुबारकां सारयां नूं। बोतल मैं लैंदी आ ते हुण छुरलियां इहदे विच ही चलिया करनगियां। दिवाली ते जे दो चार दिन बाद चों आ तू इहनूं पहलां चुक लिया आ। तेनूं ते कोई पीण दा बहाना चाहीदा वा। वेखे मैं तेरी छुरली जिहनूं अग किद्दां लाउंदी फड़ के। जिहड़े पैलेस च मेरी बरात गई ही आ मैं दो चार दिन पहलां उत्थों लंघिया। उत्थे ते घा ही बड़ा उगा। ਉਹਨਾਂ ਵੱਡਾ ਵੱਡਾ ਕੰਧ ਤੇ ਲਿਖ ਕੇ ਲਾਇਆ ਇੱਥੇ ਗੰਦ ਨਾ ਪਾਓ ਜੀ। ਮੈਨੂੰ ਪਤਾ ਕੀ ਲੱਗਦਾ ਜਦੋਂ ਦੀ ਉੱਥੇ ਮੇਰੀ ਬਰਾਤ ਗਈ ਆ ਨਾ ਉਸ ਤੋਂ ਬਾਅਦ ਚ ਤੇ ਉੱਥੇ ਜਾੜਾ ਪੈ ਗਿਆ ਪੈਲੇਸ ਦੇ ਵਿੱਚ। ਨਾ ਤੂੰ ਜਾਂਦਾ ਤੇ ਨਾ ਉੱਥੇ ਜਾੜਾ ਪੈਂਦਾ। ਮੈਂ ਵੀ ਤੇ ਤੇਰੇ ਕਰਕੇ ਹੀ ਹਾਂ। ਘਰ ਵਾਲਾ ਯੂਨੀਅਨ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਸਾਰੀਆਂ ਘਰ ਵਾਲੀਆਂ ਨੂੰ ਆਪਣੇ ਪੁਰਾਣੇ ਸੂਟ ਕੰਮ ਵਾਲੀਆਂ ਨੂੰ ਨਾ ਦਿਆ ਕਰੋ। ਬੰਦਿਆਂ ਨੂੰ ਕਈ ਵਾਰੀ ਭੁਲੇਖਾ ਭੁਲੇਖਾ ਪੈ ਜਾਂਦਾ ਹੁੰਦਾ ਜੀ। ਇੱਕ ਵਾਰੀ ਇੱਕ ਘਰ ਵਾਲੀ ਨੂੰ ਸ਼ੱਕ ਪਿਆ ਵੀ ਮੈਂ ਵੇਖਾਂ ਮੇਰੇ ਘਰ ਵਾਲੇ ਨੇ ਮੇਰਾ ਨੰਬਰ ਕਿਹੜੇ ਨਾਂ 'ਤੇ ਸੇਵ ਕੀਤਾ ਆ। ਉਹਦਾ ਫੋਨ ਚੈੱਕ ਕਰਦੀ ਪਹਿਲਾ ਨੰਬਰ ਉਹ ਵਹਿੰਦੀ ਉੱਤੇ ਲਿਖਿਆ ਹੁੰਦਾ ਮੇਰੀ ਜੰਨਤ। ਉਹ ਡਾਇਲ ਕਰਦੀ ਅੱਗੋਂ ਮੁੰਡੇ ਦੀ ਮਾਂ ਫੋਨ ਚੁੱਕਦੀ ਆ। ਉਹਨੂੰ ਬੜੀ ਸੰਤੁਸ਼ਟੀ ਜਿਹੀ ਹੁੰਦੀ ਆ ਵੀ ਚਲੋ ਸ਼ੁਕਰ ਆ ਮੰਮੀ ਦਾ ਨੰਬਰ ਸੇਵ ਕੀਤਾ ਆ। ਫਿਰ ਉਹ ਦੂਜਾ ਨੰਬਰ ਵਹਿੰਦੀ ਉੱਤੇ ਲਿਖਿਆ ਹੁੰਦਾ ਨਸੀਬਾਂ ਵਾਲੀ ਉਹ ਡਾਇਲ ਕਰਦੀ ਉਹਦੀ ਭੈਣ ਦਾ ਨੰਬਰ ਹੁੰਦਾ ਹੈ। ਫਿਰ ਤੀਜਾ ਨੰਬਰ ਡਾਇਲ ਕਰਦੀ ਜਾਣੇ ਮਨ ਉਹ ਵਹਿੰਦੀ ਆ ਅਤੇ ਉਹਦਾ ਆਪਣਾ ਹੀ ਫੋਨ ਵੱਜਦਾ। ਉਹ ਬੜੀ ਖੁਸ਼ ਹੁੰਦੀ ਵੀ ਮੈਂ ਆਪਣੇ ਘਰ ਵਾਲੇ 'ਤੇ ਐਵੇਂ ਸ਼ੱਕ ਕਰੀ ਗਈ। ਇਹ ਤਾਂ ਮੇਰਾ ਇੰਨਾ ਖਿਆਲ ਰੱਖਦਾ ਹੈ ਮੇਰਾ ਨਾਂ ਇੰਨਾ ਸੋਹਣਾ ਸੇਵ ਕੀਤਾ ਹੋਇਆ ਆ ਇਹਨੇ ਜੋ ਵੀ ਬੰਦੇ ਦੇ ਪਰਸ 'ਚੋਂ 100-100, 200-200 ਰੁਪਈਆ ਕਰਕੇ 15-20 ਹਜ਼ਾਰ ਰੁਪਈਆ ਇਕੱਠਾ ਕੀਤਾ ਹੁੰਦਾ ਆ ਉਹ ਬੰਦੇ ਨੂੰ ਦੇ ਦਿੰਦੀ ਵੀ ਆਹ ਪੈਸੇ ਤੁਸੀਂ ਰੱਖੋ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੇਰਾ ਤੁਸੀਂ ਖਿਆਲ ਰੱਖਦੇ ਹੋ ਇੰਨਾ ਹੀ ਬੜਾ ਆ। ਅਤੇ 15-20 ਹਜ਼ਾਰ ਦੇ ਵਿੱਚ ਉਹ ਬੰਦਾ 5,000 ਦੀ ਗੱਡੀ ਦੀ ਟੈਂਕੀ ਫੁੱਲ ਕਰਾਉਂਦਾ ਅਤੇ ਆਪਣੀ ਉਹ ਗਰਲ ਫਰੈਂਡ ਨੂੰ ਲੈ ਕੇ ਡਲਹੌਜੀ ਘੁੰਮਣ ਚੱਲ ਜਾਂਦਾ ਜਿਹਦਾ ਨੰਬਰ ਉਹਨੇ ਬੀਰਾ ਵੈਲਡਿੰਗ ਵਾਲੇ ਦੇ ਨਾਂ 'ਤੇ ਸੇਵ ਕੀਤਾ ਹੁੰਦਾ। ਅੱਜ ਜਦੋਂ ਸਵੇਰੇ ਸਵੇਰੇ ਝਾੜੂ ਫੜਿਆ ਪੱਖਾ ਲੱਗਾ ਸਾਫ਼ ਕਰਨ ਕੁਰਸੀ 'ਤੇ ਚੜ੍ਹ ਕੇ ਅਤੇ ਚੇਤਾ ਆ ਗਿਆ ਇੱਦਾਂ ਹੀ ਕਦੀ ਕਿਰਪਾਨ ਫੜੀ ਸੀ ਵਿਆਹ ਵਾਲੇ ਦਿਨ ਘੋੜੀ 'ਤੇ ਚੜ੍ਹਿਆ ਹਾਂ ਵਿਆਹੁਣ ਗਿਆ ਹਾਂ। ਉਸ ਤੋਂ ਬਾਅਦ 'ਚ ਕਿਰਪਾਨ ਕਦੀ ਫੜੀ ਨਹੀਂ ਹੱਥ ਦੇ ਵਿੱਚ। ਉਸ ਤੋਂ ਬਾਅਦ 'ਚ ਤਾਂ ਝਾੜੂ ਹੀ ਹੱਥ 'ਚ ਆਇਆ ਅਤੇ ਦੇ ਸਫਾਈ ਅਤੇ ਸਫਾਈਆਂ ਕਰ ਕਰਕੇ ਆਪ ਹੀ ਸਾਫ਼ ਹੋ ਗਿਆ।